ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ? ਵਧੀਆ। ਅਤੇ ਅਸੀਂ ਵੀ ਵਧੀਆ, ਠੀਕ ਠਾਕ। 2-3 ਦਿਨਾਂ ਤੋਂ ਵਾਕਿਆ ਹੀ ਬੜੀ ਠੰਡ ਹੋ ਗਈ ਆ ਸਾਡੇ ਨਾ। ਵੈਸੇ ਕੱਲ੍ਹ ਦਾ ਥੋੜ੍ਹਾ, ਕੱਲ੍ਹ ਪੈਂਦਾ ਸੀ ਮੀਂਹ, ਪਰ ਥੋੜ੍ਹਾ ਥੋੜ੍ਹਾ ਪੈਂਦਾ ਸੀ। ਪਰ ਅੱਜ ਸਵੇਰ ਦਾ ਜਦੋਂ ਗੁਰਸ਼ਾਨ ਸਕੂਲ ਛੱਡਿਆ ਉਦੋਂ ਥੋੜ੍ਹਾ ਜਿਹਾ ਸੀ ਮੀਂਹ, ਮਾੜਾ ਮਾੜਾ ਜਿਹਾ ਪੈਂਦਾ ਸੀ। ਪਰ ਹੁਣ ਇੰਨਾ ਜ਼ਿਆਦਾ ਮੀਂਹ ਪੈਣ ਡਿਆ ਨਾ, ਜਿੱਦਾਂ ਉਹ ਝੜੀਆਂ ਜਿਹੀਆਂ ਨਹੀਂ ਲੱਗ ਜਾਂਦੀਆਂ ਹੁੰਦੀਆਂ, ਉੱਦਾਂ ਦਾ ਹਿਸਾਬ ਕਿਤਾਬ ਹੋਇਆ ਪਿਆ। ਅਤੇ ਠੰਡ ਵਾਕਿਆ ਬਹੁਤ ਹੋ ਗਈ ਆ, ਇੱਦਾਂ ਅੱਜ ਦੇ ਕੇ ਠੰਡੀ ਬਹੁਤ ਹੋ ਗਈ ਆ। ਅਤੇ ਗੁਰੂ ਸਾਹਿਬ ਨੇ ਪੂਰਾ ਇੱਦਾਂ ਤੂਤਾ ਪਾਇਆ ਕਿਉਂਕਿ ਠੰਡ ਬਹੁਤ ਆ। ਤਾਂ ਮੈਂ ਸੌਕਸ ਲਾ ਕੇ ਹੱਥ 'ਚ ਫੜ ਲੈਂਦਾ ਅਤੇ ਤਰਨ ਗਏ ਕੰਮ 'ਤੇ। ਉਹਨਾਂ ਨੇ ਆ ਜਾਣਾ ਵਾ 1:30 ਵਜੇ ਨਾਲ। ਅਤੇ ਮੈਂ ਮੂਲੀਆਂ ਹੁਣੇ ਬੂਰ ਕੇ ਨਾ ਕੱਦੂਕਸ਼ ਕਰਕੇ ਤਾਂ ਮੈਂ ਰੱਖ ਕੇ ਆਈ ਸੀ। ਅਤੇ ਮੈਂ ਸੋਚਿਆ ਵੀ ਅੱਛਾ ਮੂਲੀਆਂ ਵਾਲੇ ਪਰੌਂਠੇ ਦਹੀਂ ਦੇ ਨਾਲ ਚੱਲਣਗੇ। ਅਤੇ ਸਾਹਿਬ ਉੱਠ ਗਿਆ, ਸਾਹਿਬ ਦੇ ਸੁੱਤੇ ਸੁੱਤੇ ਮੈਂ ਨਾ ਸਾਰਾ ਕੰਮ ਕਰ ਲਿਆ ਸੀ। ਮੂਲੀਆਂ ਵੀ ਇੱਧਰ ਬੁਰ ਕੇ ਰੱਖ ਲਈਆਂ ਮੈਂ, ਬਸ ਹੁਣੇ ਰੱਖੀਆਂ ਹੀਆਂ। ਅਤੇ ਹੁਣ ਮੈਂ ਇੱਦਾਂ ਪਾਣੀ ਕੱਢ ਲੈਣੇ ਅਤੇ ਉਹਨੇ ਚਿਰ ਨੂੰ ਸਾਹਿਬ ਉੱਠ ਗਿਆ, ਗੁਰਸਾਹਿਬ ਸਿੰਘ ਜੀ ਉੱਠ ਗਏ। ਅਤੇ ਦੇਖਦੇ ਹਾਂ, ਜੇ ਤਾਂ ਤਰਨ ਆ ਗਏ ਟਾਈਮ ਨਾਲ ਠੀਕ ਆ, ਨਹੀਂ ਤਾਂ ਫਿਰ ਸਾਹਿਬ ਵਾਕਰ 'ਚ ਬੈਠੂਗਾ ਜਾਂ ਰੇੜਦਾਰ ਫਿਰੂਗਾ। ਅਤੇ ਆਪਾਂ ਬਣਾਵਾਂਗੇ ਪਰੌਂਠੇ ਅੱਜ ਮੂਲੀਆਂ ਵਾਲੇ, ਦਹੀਂ ਦੇ ਨਾਲ ਬਹੁਤ ਦਿਲ ਕਰਦਾ ਆ ਖਾਣ ਨੂੰ। ਅਤੇ ਵੈਸੇ ਮੈਂ ਸ਼ਲਗਮ ਵੀ ਲੈ ਗਿਆ ਸੀ ਅਤੇ ਬਣਾਵਾਂਗੇ ਸ਼ਲਗਮ ਕੱਲ੍ਹ ਨੂੰ, ਅਤੇ ਕਿਉਂਕਿ ਦਾਲ ਬਣੀ ਪਈ ਆ ਸਾਡੀ, ਹੈ ਨਾ ਵੀ ਅੱਜ। ਅਤੇ ਮੇਰੇ ਮੰਮੀ ਕਰਦੇ ਹੁੰਦੇ ਸੀ ਜਦੋਂ ਆਪਾਂ ਦਾ ਵਿਆਹ ਨਹੀਂ ਹੋਇਆ, ਸਾਡੀ ਮੰਮੀ ਹੋਣਾਂ ਨੇ ਕਈ ਵਾਰੀ ਜਦੋਂ ਕਹਿਣਾ ਵੀ ਸਬਜ਼ੀ ਅੱਜ ਲੇਟ ਹੋ ਗਈ ਆ, ਅਤੇ ਦਹੀਂ ਦੇ ਵਿੱਚ ਇੱਦਾਂ ਮੂਲੀਆਂ, ਕਿਉਂਕਿ ਕਰਦੀਆਂ ਹੀ ਹੁੰਦੀਆਂ ਸੀ ਘਰ ਮੰਮੀ ਹੋਣਾਂ ਨੇ, ਮੂਲੀਆਂ ਬੂਰ ਕੇ ਵਿੱਚ ਮਿਰਚ ਮੁਰਚ ਪਾ ਕੇ, ਉਹ ਦਹੀਂ ਇੰਨਾ ਸਵਾਦ ਬਣਦਾ ਹੁੰਦਾ ਸੀ ਨਾ। ਹੁਣ ਮੈਂ ਪਰ ਥੋੜ੍ਹੀਆਂ ਜਿਹੀਆਂ ਮੂਲੀਆਂ ਵਿੱਚੋਂ ਰੱਖ ਲੈਣੀਆਂ ਵਾ, ਰਾਤ ਨੂੰ ਰੋਟੀ ਦੇ ਨਾਲ ਦਹੀਂ ਦੇ ਵਿੱਚ ਮੂਲੀਆਂ ਪਾ ਕੇ ਖਾਵਾਂਗੇ, ਉਹ ਵੀ ਵਧੀਆ ਲੱਗੂਗਾ। ਠੀਕ ਆ, ਅਤੇ ਬਣਾਉਂਦੇ ਹਾਂ ਅਤੇ ਖਾਂਦੇ ਹਾਂ, ਦਿਖਾਉਂਦੇ ਹਾਂ ਕਿੱਦਾਂ ਦੀਆਂ ਬਣੀਆਂ। ਠੀਕ ਆ ਜੀ, ਤਰਨ ਨੂੰ ਦੇਖ ਲਈਏ ਕਿਉਂਕਿ 12:15 ਹੋ ਗਿਆ, ਉਹਨਾਂ ਨੇ 1:30 ਵਜੇ ਤੱਕ ਆ ਜਾਣਾ। ਅਤੇ ਉਹ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਇਹ ਹੋਣੀ ਹੈ ਕਿ ਮੈਂ ਬਣਾਵਾਂ ਰੋਟੀ, ਅਤੇ ਜੇ ਨਾ ਹੋਈ ਤਾਂ ਫਿਰ ਤਰਨ ਫੜਨਗੇ ਇਹਨੂੰ, ਤਾਂ ਮੈਂ ਬਣਾਉਂਗੀ ਰੋਟੀ। ਠੀਕ ਆ ਜੀ, ਲਓ ਜੀ ਮੈਂ ਆਈ ਸੀ ਰੋਟੀ ਬਣਾਉਣ ਲਈ ਕਿਚਨ 'ਚ। ਮੈਂ ਪਹਿਲਾਂ ਬਾਹਰ ਬੈਠੀ, ਇਹ ਪਹਿਲਾਂ ਅੰਦਰ ਆ ਗਿਆ ਕਿਚਨ 'ਚ, ਹੁਣ ਮੈਂ ਰਸੋਈ 'ਚ ਫਿਰ ਆ ਗਈ। ਤਾਂ ਵੇਖੋ ਇਹਨੇ ਬੋਤਲਾਂ ਦਾ ਕਿੱਦਾਂ ਬਣਾਇਆ ਹਾਲ। ਤੁਸੀਂ ਕਿੱਧਰ ਕਿੱਧਰ? ਅਤੇ ਇੱਧਰ ਆਪਾਂ ਮੂਲੀਆਂ ਦਾ ਸਾਰਾ ਤਿਆਰ ਕਰ ਲਿਆ, ਪਿਆਜ਼ ਵਗੈਰਾ ਮਿਰਚਾਂ ਕੱਟ ਲਈਆਂ, ਅਤੇ ਤਵਾ ਵੀ ਆਪਾਂ ਰੱਖ ਲਿਆ। ਅਤੇ ਹੁਣ ਆਪਾਂ ਬਣਾਉਂਦੇ ਹਾਂ ਪਰੌਂਠੇ, ਉਹ ਮੈਂ ਥੋੜ੍ਹੀਆਂ ਮੂਲੀਆਂ ਕੱਢ ਕੇ ਰੱਖ ਲਈਆਂ ਸਾਈਡ 'ਤੇ, ਮੈਂ ਕਿਹਾ ਵੀ ਆਪਾਂ ਕਰਦੇ ਹਾਂ ਉਹ ਦਹੀਂ 'ਚ ਪਾਉਣ ਵਾਸਤੇ ਰੱਖ ਲਈਆਂ। ਅਤੇ ਤੁਸੀਂ ਕੀ ਖਾਣਾ? ਤੁਸੀਂ ਤਾਂ ਆਪਣਾ ਖਾ ਲਈ ਜੀ ਜੀ, ਤੁਸੀਂ ਹੁਣ ਬਾਹਰ ਆ ਜਾਓ, ਆ ਜਾਓ ਬਾਹਰ, ਦੇਖੋ ਦੇ ਸਾਹਿਬਾ ਸਾਹਿਬ। ਅਤੇ ਤਰਨ ਅਜੇ ਆਏ ਨਹੀਂ ਆ ਕੰਮ ਤੋਂ, ਤਾਂ ਆਪਾਂ ਸੋਚਿਆ ਕਿ ਆਪਾਂ ਤਾਂ ਪਹਿਲਾਂ ਬਣਾ ਕੇ ਖਾ ਲਈਏ, ਜੇ ਆਉਣਗੇ ਤਾਂ ਗਰਮ ਗਰਮ ਲਾ ਦਾਂਗੇ, ਜੇ ਨਾ ਆਉਣਗੇ ਤਾਂ ਫਿਰ ਰੋਕ ਕੇ ਲਾ ਦਾਂਗੇ ਉਹਨਾਂ ਨੂੰ, ਨਹੀਂ ਤਾਂ ਜੇ ਆ ਜਾਣਗੇ ਤਾਂ ਨਾਲ ਹੀ ਬਣਾ ਲਾਂਗੇ। ਲਓ ਜੀ ਪਰੌਂਠੀਆਂ ਤਾਂ ਆਪਾਂ ਬਣਾ ਲਈਆਂ ਵਾ, ਇੱਥੇ ਲਈਆਂ ਰੱਖ। ਅਤੇ ਇੱਕ ਪਰੌਂਠੀ ਦਾ ਆਟਾ ਰਹਿ ਗਿਆ ਸੀ, ਪਰ ਸਾਹਿਬ ਇੰਨਾ ਰੋਣ ਡਿਆ ਸੀ ਕਿ ਮੈਂ ਹੱਥ ਵੀ ਨਹੀਂ ਧੋਤੇ, ਮੇਰੇ ਹੱਥਾਂ ਨੂੰ ਉੱਥੇ ਆਟਾ ਲੱਗਾ। ਅਤੇ ਆਪਾਂ ਲੱਗਿਆ ਰੋਟੀ ਖਾਣ, ਤਰਨ ਆਏ ਨਹੀਂ, 1:15 ਹੋ ਗਈ, ਵੈਸੇ 1:30 ਵਜੇ ਤੱਕ ਆ ਜਾਂਦੇ ਹੁੰਦੇ ਆ, ਡੀਕ ਲੈਂਦੇ ਹਾਂ 10-15 ਮਿੰਟ ਜੇ ਤਾਂ ਆ ਗਏ ਠੀਕ ਆ, ਨਹੀਂ ਤਾਂ ਫਿਰ ਆਪਾਂ ਖਾ ਲਾਂਗੇ ਕਿਉਂਕਿ ਮੈਂ ਅਜੇ ਤੱਕ ਹੱਥ ਨਹੀਂ ਧੋਤੇ। ਇੰਨਾ ਰੋਣ ਡਿਆ ਨਾ ਕਿ ਮੇਰੀਆਂ ਨਾ ਲੱਤਾਂ ਨੂੰ ਦੰਦੀਆਂ ਵੱਢੀ ਜਾਂਦਾ ਸੀ, ਤਾਂ ਕਰਕੇ ਫਿਰ ਮੈਂ ਰਹਿਣ ਨਹੀਂ ਦਿੰਦੀ। ਇੱਕ ਰੋਟੀ ਦਾ ਆਟਾ ਵੈਸੇ ਵੀ 1-2 ਪਰੌਂਠੀ ਖਾਧੀ ਜਾਂਦੀਆਂ ਮੂਲੀਆਂ ਵਾਲੀਆਂ, ਵੱਧ ਤੋਂ ਵੱਧ ਇੱਕ ਹੱਦ 2 ਮਸਾਂ ਹੀ ਖਾਧੀਆਂ ਜਾਂਦੀਆਂ, 2 ਵੀ ਨਹੀਂ ਖਾਧੀਆਂ ਜਾਂਦੀਆਂ, 1.5 ਕੀ ਖਾ ਹੁੰਦੀ ਆ। ਅਤੇ ਰਸੋਈ 'ਚ ਕੰਮ ਕਰਦੇ ਹਾਂ ਅਸੀਂ ਨਾ, ਅਤੇ ਘਰ ਵਿੱਚ ਹੀਟਰ ਚੱਲਣ ਡੇ, ਉਹਦੇ ਕਰਕੇ ਠੀਕ ਠੀਕ ਆ, ਨਹੀਂ ਤਾਂ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਪੈਰਾਂ ਨੂੰ, ਤਾਂ ਕੁਝ ਜ਼ਿਆਦਾ ਹੀ ਲੱਗਦੀ ਪਈ ਆ। ਹਾਂਜੀ, ਉਹ ਮੇਰੇ ਨਾ ਹੱਥ ਵੇਖਣ ਡਿਆ ਵੀ ਹੱਥਾਂ ਨੂੰ ਕੀ ਲੱਗਾ, ਦੇਖਿਓ ਹੱਥ ਨਹੀਂ ਲਾਉਂਦਾ ਮੇਰੇ ਹੱਥਾਂ ਨੂੰ, ਪਰੇ ਕਰ ਲੈਂਦਾ। ਹੈਲੋ ਹੈਲੋ, ਕੀ ਹੋਇਆ ਸੀ ਮੰਮਾ ਨੂੰ? ਚਲੋ ਜੀ ਆਉਂਦੇ ਤਰਨ ਤਾਂ ਫਿਰ ਕਰਦੇ ਹਾਂ ਠੀਕ ਆ, ਜੇ ਨਹੀਂ ਆਏ ਤਾਂ ਫਿਰ ਆਪਾਂ ਰੋਟੀ ਖਾਂਦੇ ਹਾਂ, ਅਤੇ ਵੇਖਦੇ ਸਵਾਦ ਕਿੱਦਾਂ ਦਾ ਬਣਿਆ। ਮੈਂ ਆਪਣੇ ਵਾਸਤੇ ਰੋਟੀ ਲੈਣ ਗਈ, ਮੈਂ ਵਾਪਸ ਆ ਗਈ, ਫਿਰ ਕਿਚਨ 'ਚ ਪਹੁੰਚ ਗਿਆ, ਇਹਨੂੰ ਮੈਂ ਬਾਲ ਕੇ ਗਈ ਹਾਂ, ਦੁੱਧ ਪਿਲਾ ਕੇ ਗਈ, ਇਹਦਾ ਦੁੱਧ ਵੀ ਇੱਥੇ ਮੇਰੇ ਲਾਗੇ ਪਿਆ। ਅਤੇ ਆਪਾਂ ਰੋਟੀ ਲੈਣ ਤੀ ਕਿਉਂਕਿ ਤਰਨ ਆਏ ਨਹੀਂ ਆ, ਮੈਨੂੰ ਲੱਗਦਾ ਉਹਨਾਂ ਲੇਟ ਹੋ ਜਾਣਾ। ਅਤੇ ਤੁਸੀਂ ਆ ਜਾਓ ਰੋਟੀ ਖਾਈਏ। ਅਤੇ ਰਵਾਕਿਆ ਰੋਟੀ ਬਹੁਤ ਸਵਾਦ ਬਣੀ ਆ, ਮੈਂ ਇੱਕ ਬਾਈਟ ਲੈ ਕੇ ਵੇਖੀ, ਬਹੁਤ ਸਵਾਦ ਬਣੀ ਆ। ਅਤੇ ਤਰਨ ਆਉਣਗੇ ਫਿਰ ਉਹਨਾਂ ਨੂੰ ਪੁੱਛਦੇ ਹਾਂ, ਜੇ ਤਾਂ ਉਹ ਟਾਈਮ ਨਾਲ ਆ ਕੇ ਖਾ ਲੈਣਗੇ, ਨਹੀਂ ਤਾਂ ਮੈਨੂੰ ਲੱਗਦਾ ਠੰਡੀ ਹੋ ਜਾਣੀ ਉਹਨਾਂ ਦੀ ਰੋਟੀ। ਫਿਰ ਮੈਂ ਤਾਂ ਬਣਾਤੀ ਸੀ ਕਿਉਂਕਿ ਕਈ ਵਾਰੀ ਗੁਰਸਾਹਿਬ ਫਿਰ ਰੋਣ ਲੱਗਦਾ, ਤਰਨ ਘੁੰਮ ਨਹੀਂ ਜਾਂਦਾ, ਉਹ ਵੇਖਿਓ ਖੜਾ ਹੁੰਦਾ। ਹਾਂਜੀ ਦੱਸੋ ਕੀ ਚਾਹੀਦਾ, ਦੂਜਿਆਂ ਨੇ ਕੀ ਲੈਣਾ? ਚਲੋ ਜੀ ਆਪਾਂ ਖਾ ਲਈਏ ਰੋਟੀ, ਅਤੇ
ठंडी होई नहीं साड़ी परौंठिया। साहब कितने बढ़ गए हो बारह जबत कितने टेबल दे लके दियाँ लत्तां किनिया लत्तां कुर्सियां दियाँ वेह बढ़िया वा अच्छा बार आज वे लत्तां दियाँ च फस के बैठा टेबल ते कुर्सियां दियाँ च आज 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 साहिब गुरसाहिब आज 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 किधर जाना है इधर आ जाओ अच्छा अच्छा बिकप नोनी आज 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 किधर है किधर किधर है साहिब आज 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 भज गया वो भज गए साहिब बिल्कुल नहीं सुनता है पिछे होर टेबल देना पिछे जाई जाता साहिब लत्तां दे विच फस जाना पुत किधर है होर टेबल देना पिछे जाई जाता लत्तां फसा के आ जाओ बिच फस जाना पुत अच्छा नहीं पाया गुरशान है ये लगता गुरशान गुरशान है गुर साहिब नो नो साहिब नो नो है पंगे ले नू हटदा सारा कुछ सुट्टी जाना वा किन्ना कुछ नहीं लेई फिर देगे साहिब नो नो आ जाओ मम्मा को आ जाओ आ जाओ चाची गल तो की नहीं मेरे बोते ने चाची गल कर दो चाची गल कि चलिया कितने पता नहीं की खुश लई फिर बाय चाओ चाओ चाची गल साहिब के ना खेडता आ साहिबा तुसी के ना खेडदे आ की फड़िया तुसी की फड़िया आ की आ वाओ तुसी बुलेट ना खेडदे आ ये बहुत इन्ना महंगा ले आया तुसी खेडी जाने इन्हां ना साहिब ने ले ले पापा ने पता किन्ने पैसों का लैके आंदा सी किन्ना सोहना है शोकेश च रखने वाला तुसी किदां लगी हो धूआ कड़ी सी करने इहदे नाल इदां कोई करदा आ नो दे दो मम्मा नू दे दो मम्मा नू दे दो दे दो ये पता किन्ना सोहना आ रुस गया कि मेरे को लेके आलो आलो नो मम्मा दा आ रुस गया आलो हेलो गंदू हेलो हेलो ले लो खेड़ लो खेड़ लो दे दो दे दो मम्मा दे दो ब्रावो ब्रावो हूँ फिर खिचीगा चलो तैयार होवो चलिए बाहर जाना वा काम करन चलिए चलिए चलो तैयार हो जाओ वेखो किन्ना सोहना लकड़ का बुलट बनाया इत्थे ना साढ़े नवंबर दे विच अक्तूबर दे ना लास्ट शायद नवंबर दे विच ना मार्केट लगती है आ जिहड़े नहीं हुंदे अफरीका दे लोग जिहड़े आ मतलब कि काले जिहड़े हुंदे आ उहनां कोलों ना इह लै के आए सी मार्केट दे विच कोई पता नहीं 20 एरो दा के हाँ कुछ 20 एरो दा लगा सी
ਇਹ ਬੜਾ ਹੀ ਸੋਹਣਾ ਲੱਗਿਆ ਸੀ ਤੇ ਤਰਨ ਪਹਿਲਾਂ ਮੈਨੂੰ ਪਸੰਦ ਆ ਗਿਆ ਮੈਂ ਚਲੋ ਛੱਡੋ ਭਰਾ 20 ਰੁਪਈਏ ਕੀ ਲਾਉਣੇ ਆ ਇੰਨੀ ਕੁ ਲੱਕੜ ਦੇ ਉੱਤੇ ਅਤੇ ਪਰ ਸੋਹਣਾ ਲੱਗਦਾ ਫਿਰ ਤਰਨ ਮੈਂ ਤਾਂ ਘਰ ਆ ਗਈ ਸੀ ਤਰਨ ਫਿਰ ਤਰਨ ਅਤੇ ਜੋਬਨ ਜਾ ਕੇ ਲੈ ਕੇ ਆਈ ਸੀ ਅਤੇ ਇਹ ਬਹੁਤ ਸੋਹਣਾ ਲੱਗਦਾ ਸੀ ਅਤੇ ਹੁਣ ਹੀ ਮੈਨੂੰ ਗੁਰੂ ਸਾਹਿਬ ਨੂੰ ਪਹਿਲੀ ਵਾਰੀ ਦਿੱਤਾ ਅਤੇ ਉਹਦੀ ਮੈਂ ਪੋਕਟ ਦੇ ਵਿੱਚ ਨਾ ਪਾ ਤਾ ਫਰਸੋ ਲੈਤੀ ਕਰਤਾ ਲਿਆਓ ਦੇ ਦੀਏ ਕੱਢ ਦੀਏ ਲਿਆਓ ਕੱਢ ਦੀਏ ਇਹ ਚਾਹ ਬੱਚੇ ਨਹੀਂ ਨਿਕਲਦਾ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇਹ ਚਾਹ ਬੱਚੇ ਆਲੋ ਨਿਕਲ ਗਿਆ ਹਮ